ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ 10:47 ਅਤੇ ਆਪਾਂ ਆਏ ਹਾਂ ਗੱਡੀ ਭਰਨ। ਕਿੱਥੇ? ਜਗਰਾਵਾਂ ਦੇ ਕੋਲ ਪਿੰਡ ਆ ਲੀਲਾ ਮੰਡੀ 'ਚ ਆਏ ਹਾਂ ਅਤੇ ਕੰਡਾ ਕਰਾਉਣ ਗਏ ਸੀਗੇ। ਪਹਿਲਾਂ ਉਹਨਾਂ ਨੇ ਟਰਾਂਸਪੋਰਟਰ ਨੇ ਕਿਹਾ ਸੀ ਵੀ ਸਿੱਧਵਾਂ ਵੇਟ ਤੋਂ ਲੋਡ ਹੋਣੀ ਆ ਤੁਹਾਡੀ ਗੱਡੀ, ਵੀ ਸਿੱਧਵਾਂ ਵੇਟ ਪਹੁੰਚ ਜਾਓ। ਜਦ ਅਸੀਂ ਪਹੁੰਚ ਗਏ ਸਿੱਧਵਾਂ ਵੇਟ, ਫਿਰ ਬਾਈ ਕਹਿੰਦਾ ਜਗਰਾਵਾਂ ਪਹੁੰਚੋ। ਉੱਥੇ ਜਗਰਾਵਾਂ ਆਏ, ਜਗਰਾਵਾਂ ਤੋਂ ਫਿਰ ਕੰਡਾ ਕਰਾ ਕੇ ਗਰੇਵਾਲ, ਫਿਰ ਅਸੀਂ ਆ ਗਏ ਲੀਲਾ। ਉਸੇ ਰੋਡ 'ਤੇ ਹੀ ਆ ਗਏ ਸਿੱਧਵਾਂ ਵੇਟ ਵਾਲੀ ਰੋਡ 'ਤੇ, ਜਿਹੜਾ ਨਕੋਦਰ ਨੂੰ ਗਿਆ ਜਗਰਾਵਾਂ ਤੋਂ, ਅਤੇ ਆਏ ਆਪਾਂ ਨਕੋਦਰ ਹੋ ਗਈ ਹਾਂ ਇੱਧਰ ਨੂੰ। ਤਰਪਾਲਾਂ ਲੱਗ ਰਹੇ ਹਾਂ ਖੋਲ੍ਹਣ, ਤਰਪਾਲਾਂ ਖੋਲ੍ਹ ਕੇ ਉਹਦੇ ਛਾਂ ਹੈ ਸੀਗੀ ਪਿੱਪਲ ਦੀ, ਤੇ ਮੈਂ ਕਹਿੰਦਾ ਮਿੰਟੂ ਉੱਪਰ ਨਾ ਲਾ ਲਈਏ ਤੈ। ਹਾਂ ਹੈਂ, ਬਾਕੀ ਦੇਖ ਲੈ, ਜੇ ਮੈਂ ਠੀਕ ਲਾਤਾ ਉਵੇਂ ਕਰ ਲੈਂਦੇ ਹਾਂ। ਉੱਪਰ ਉੜੂਗੀ ਹੈ ਨਾ, ਹੈ ਨਾ? ਅਦਾ ਹੁਣ ਇਹਦੇ ਉੱਡਣ ਲੱਗ ਰਹੀ ਹੈ, ਇਹ ਥੱਲੇ ਹੀ ਸਿੱਟ ਲਾ। ਕਿੰਨੀਆਂ ਗਈਆਂ ਦਰਵਾਲਾਂ? ਵਾ ਫਿਰ ਰਾਤ ਥੱਲੇ ਹੀ ਉਹ ਕਰ ਲੈਂਦੇ ਹਾਂ। ਅਤੇ ਭਰਨਾ ਏ ਆਪਾਂ ਮੱਕੀ, ਹੈ ਨਾ, ਜਿਵੇਂ ਤੁਹਾਨੂੰ ਦੱਸਿਆ, ਅਤੇ ਯਮੁਨਾ ਨਗਰ ਦੀ ਮੱਕੀ ਆ। ਆਪਣੀ ਗੱਡੀ ਗਈ ਸੀਗੀ ਸ਼ੰਭੂ ਦੇ ਕੋਲ, ਧੰਧਾਰ ਸੀ ਆ ਉੱਥੇ ਦੀ ਲੈ ਕੇ ਗਈ ਸੀਗੀ। ਇਹ ਜਾ ਰਹੀ ਹੈ ਯਮੁਨਾ ਨਗਰ, ਅਤੇ ਚਲੋ ਆਉਂਦੀ ਹੈ ਲੇਬਰ, ਫਿਰ ਕਰਾਉਂਦੇ ਹਾਂ ਲੋਡ। ਟਾਕੀਆਂ ਲਾ ਦਈਏ, ਮੱਖੀਆਂ ਹੀ ਮੱਖੀਆਂ ਹੋ ਜਾਣੀਆਂ ਜਿਹੜੇ ਹਿਸਾਬ ਨਾਲ ਉਰੇ ਗੰਦਗੀ ਆ। ਲਓ ਵੀ ਮਿੱਤਰੋ, ਗੱਡੀ ਲੱਗ ਗਈ ਆਪਣੀ, ਅੱਧੀ ਹੋ ਗਈ, ਅਤੇ ਮੂਹਰੇ ਦੋ ਬੋਰੀਆਂ ਦੀ ਐਡ ਕੀਤੀ, ਪਿੱਛੇ ਵਧਾ ਦਿੱਤੀ। ਆਪਣੇ ਕਰਦੇ ਹਾਂ ਪਿੱਛੇ ਘੱਟ ਕਰਦੇ, ਇਹਨਾਂ ਨੇ ਮੂਹਰੇ ਘੱਟ ਕਰਤੀ। ਅਤੇ ਇਹ ਪਿੰਡ 'ਚ ਨੂੰ ਤਾਂ ਤਾਰਾਂ ਨੀਵੀਆਂ, ਆਪਾਂ ਇੱਧਰ ਨੂੰ ਜਾਵਾਂਗੇ ਬਾਈ, ਦੱਸ ਸਕਦੇ ਆ ਵੀ ਇੱਧਰ ਨੂੰ ਰੋਡ ਹੈਗਾ, ਕੋਈ ਤਾਰ ਨਹੀਂ ਹੈਗੀ। ਅਤੇ ਤੁਹਾਨੂੰ ਗੱਡੀ ਖਾਲੀ ਕਰਕੇ ਆਪਣੇ ਵਾਲੀ ਹੁਣ ਲੈ ਗਿਆ ਉੱਥੇ ਘਰ, ਧੋਆ ਧੂ ਕੇ ਗਰੀਸ ਕਰਾ ਕੇ, ਅਤੇ ਆਪਾਂ ਵੀ ਬਸ ਸ਼ਾਮ ਜਿਹੇ ਨੂੰ ਨਿਕਲਾਂਗੇ ਇੱਥੋਂ ਲੋਡ ਕਰਕੇ, ਅਤੇ ਪਹੁੰਚ ਫੜਾਉਣੀ ਆ ਉਹਨੂੰ, ਪਹੁੰਚ ਫੜਾ ਕੇ ਬਸ ਫਿਰ ਨਿਕਲਾਂਗੇ। ਹਲੇ ਯਾਰ ਬਲੌਗ ਐਡਿਟ ਕਰਨਾ ਪਿਆ, ਅੱਜ ਰਾਤ ਨੂੰ ਕਰੂੰਗਾ ਅਤੇ ਫਿਰ ਉਹ ਪਾਊਂਗਾ ਬਲੌਗ। ਮਿੱਤਰੋ, ਟਾਈਮ ਹੋ ਗਿਆ 7:10 ਅਤੇ ਲੋਡ ਕਰ ਗਏ ਤਰਪਾਲਾਂ ਤਰਪੂਲਾਂ ਪਾ ਕੇ ਨਿਕਲ ਗਏ ਆਪਾਂ, ਅਤੇ ਹੁਣ ਕੰਡਾ ਕਰਾਉਂਦੇ ਹਾਂ ਜਾ ਕੇ, ਅਤੇ ਵਜਨ ਦੇਖਦੇ ਹਾਂ ਕਿੰਨਾ ਕੁ ਹੋਇਆ। ਨਾ ਹੋਏ ਮਿੱਤਰੋ, ਵਜਨ ਆਇਆ ਆਪਣਾ 42 ਟਨ 280। ਉਹ ਪੱਖਾ ਕਿਤੇ ਲਾਇਆ ਹੋਇਆ ਬਾਈਆਂ ਨੇ, ਬੱਲੇ ਬੱਲੇ ਕਿੱਡਾ ਪੱਖਾ। ਉਹ ਸਾਹਮਣੇ ਗੁਰਦੁਆਰਾ ਸਾਹਿਬ ਆ, ਉੱਧਰ ਮੰਡੀ ਆ, 17 ਨੰਬਰ ਦੁਕਾਨ 'ਤੇ ਜਾਣਾ, ਦੇਖ ਲਈ ਮੰਡੀ ਦਾ ਗੇਟ ਆ। ਹਾਂ ਬਾਈ, ਗੱਡੀ ਕਰਕੇ ਯਮੁਨਾ ਨਗਰ ਬੰਦਿਆਂ ਕੋਲ ਆ ਗਿਆ ਆਪਣੇ, ਅਤੇ ਅੱਗੇ ਦੇਖੋ ਸਾਨੂੰ ਕਾਨ ਮਿਲਿਆ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ? ਗਰਮੋ ਗਰਮੀ ਹੋਏ ਪਏ ਆ, ਚੋਬਰ ਅੱਖਾਂ ਚੜੀਆਂ ਮੁੱਛਾਂ ਕੜੀਆਂ। ਅੱਛਾ ਚਲੋ ਫਿਰ, ਮਿੱਤਰ 9 ਵਜੇ ਅਤੇ ਆਪਾਂ ਆਏ ਹਾਂ ਮਜੋਖਰਾ ਤੋਂ, ਪੰਜਾਬ
संगत लैके अपने आली गड्डी च असी आए थे सत्त क बजे आए थे ते हुण लंगर छक के चलते हैं गड्डी कोले देखते हैं क्या हिसाब किताब है नाले थानू भी दिखाने भी केड़े केड़े बंदे आए हुए साढ़े नाल। हेलो भाई ओ खड़ी है अपनी गड्डी आपा किदे नाल आए भी हैं क्या गड्डी खड़ी है अपनी। लो भी मित्रों टाइम हो गया 9:54 ते पंजोखरा साहब गए थे आप मथा टेकन ते अपनी इधरली लाइट ढिली है वेलना कसांगे जाके ते नाल अपने गुरशान सत श्री अकाल सारे नू कहते ते इधर सिमू क्या नाम है तेरा है सिमू सिमराता ते नाल हरप्रीत बाकी सारे पिछे बह गए आंदे वे पहलां दा अंदर कैबन च बैठे थे ते हुण ओह कहिंदे वी तुसीं अगे बैठो ते असीं पिछे डाले ते बैठांगे आ लत्तां देख लो लटक रहीआं बंदिआं दीआं पिछे ते इत्थे जा के दिखावांगे तुहानूं घरे किहड़े किहड़े बंदे सीगे मां आपणे घर घर दे बंदे हैं बूआ गई सीगी ते इक जिम्मी ते मित्तू ਉਹਨਾਂ ਨੂੰ ਤਾਰਿਆ ਜੀ ਆਪਾਂ ਉੱਥੇ ਤੇ ਆ ਲੱਤਾਂ ਜਿਹੜੀਆਂ ਪਿੱਛੇ ਲਟਕ ਰਹੀਆਂ ਜੱਸੀ ਹੈ ਸੋਨੂ ਹੈ ਮਨੀ ਹੈ ਤੇ ਹੋਰ ਇੱਕ ਮੁੰਡਾ ਉਹ ਲੰਬਾ ਜਿਹਾ ਕਿਆ ਨਾਂ ਉਹਦਾ ਬਾਬੂ ਕਿਆ ਕਹਿੰਦੇ ਉਹਨੂੰ ਯਾਰ ਤੇ ਇੱਕ ਜਸ਼ਨ ਹੈ ਆਹਾ ਖੱਟਿਆ ਜਿਹਦਾ ਬੁਰਾ ਹਾਲ ਹੋ ਜਾਂਦਾ ਤੇ ਚਲੋ ਅਤੇ ਘਰੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ ਵੀ ਕਿਹੜਾ ਕਿਹੜਾ ਸ਼ਖਸ ਹੈ ਤੇ ਲਓ ਬਈ ਬੰਦੇ ਉਤਰ ਗਏ ਦਿਖਾ ਦੇ ਤੁਹਾਨੂੰ ਕਿਹੜੇ ਕਿਹੜੇ ਗਏ ਤੇ ਨਾਲ ਸਾਡੇ ਹੈਲੋ ਇੱਧਰ ਹਾਜ਼ਰੀ ਲਓ ਬਈ ਤੇ ਬਾਕੀ ਤਾਂ ਅੰਦਰ ਚਲੇ ਗਏ ਮਨੀ ਹੈ ਨਾ ਸੋਨੂ ਤੇ ਆਪਾਂ ਹੀ ਰਹਿ ਗਏ ਤੇ ਇਹਨੂੰ ਹਰਪ੍ਰੀਤ ਨੂੰ ਵੀ ਤਾਰੀਏ ਇਹ ਦੀ ਦਾ ਹੈ ਗੜੀ ਵੀ ਗਈ ਸੀ ਹੈ ਤੇ ਕਰਦੇ ਆਪਾਂ ਵਲੋਗ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੇ ਵਲੋਗ 'ਚ ਜਦ ਤੱਕ ਰੱਬ ਰਾਖਾ।